ਆਂਧਰਾ ਪ੍ਰਦੇਸ਼ ਦੀ ਫਾਰਮਾ ਕੰਪਨੀ ਨੂੰ ਲੱਗੀ ਅੱਗ ਮੌਕੇ ਤੇ ਮੱਚ ਗਈ ਹਾਹਾਕਾਰ ਇੱਕੋ ਦਮ ਹੁੰਦਾ ਹੈ ਬਲਾਸਟ ਜੀ ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਸਥਿਤ ਫਾਰਮਾ ਕੰਪਨੀ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ 17 ਲੋਕਾਂ ਦੀ ਮੌਤ ਤੇ 36 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਬਿੱਤੇ ਦਿਨ ਦਾ ਹੈ ਜਦੋਂ ਦੁਪਹਿਰ ਦੇ ਸਮੇਂ ਕਈ ਮੁਲਾਜ਼ਮ ਖਾਣਾ ਖਾਣ ਲਈ ਬਾਹਰ ਗਏ ਹੋਏ ਤਾਂਤਾ ਉਸ ਸਮੇਂ ਇਹ ਹਾ사 ਵਾਪਰਿਆ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾ ਦਿੱਤਾ ਗਿਆ ਉੱਥੇ ਹੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜ਼ਖਮੀ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ 300 ਤੋਂ ਜ਼ਿਆਦਾ ਮੁਲਾਜ਼ਮ ਅੰਦਰ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਖਾਣਾ ਖਾਣ ਲਈ ਬਾਹਰ ਗਏ ਹੋਏ ਸਨ ਆਂਧਰਾ ਪ੍ਰਦੇਸ਼ ਦੀ ਫਾਰਮਾ ਕੰਪਨੀ ਨੂੰ ਲੱਗੀ ਅੱਗ ਮੌਕੇ ਤੇ ਮੱਚ ਗਈ ਹਾਹਾਕਾਰ ਇੱਕੋ ਦਮ ਹੁੰਦਾ ਹੈ ਬਲਾਸਟ ਜੀ ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਸਥਿਤ ਫਾਰਮਾ ਕੰਪਨੀ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ 17 ਲੋਕਾਂ ਦੀ ਮੌਤ ਤੇ 36 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਬਿੱਤੇ ਦਿੰਦਾ ਹੈ ਜਦੋਂ ਦੁਪਹਿਰ ਦੇ ਸਮੇਂ ਕਈ ਮੁਲਾਜ਼ਮ ਖਾਣਾ ਖਾਣ ਲਈ ਬਾਹਰ ਗਏ ਹੋਏ ਤਾਂਤਾ ਉਸ ਸਮੇਂ ਇਹ ਹਾਸਾ ਵਾਪਰਿਆ ਜ਼ਖਮੀ ਹੋਏ ਕਾ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾ ਦਿੱਤਾ ਗਿਆ ਉੱਥੇ ਹੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜ਼ਖਮੀ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ 300 ਤੋਂ ਜ਼ਿਆਦਾ ਮੁਲਾਜ਼ਮ ਅੰਦਰ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਖਾਣਾ ਖਾਣ ਲਈ ਬਾਹਰ ਗਏ ਹੋਏ ਸਨ